पंजाब की हर खबर से साड़ी नजर, राजनीति, व्यापार, धर्म अते खेड जगत नालों नाल मनोरंजन ते अपराध की भी लियांगे खबर। जनता की आवाज पहुंचावांगे प्रशासन के कन्ना तक। सत श्री अकाल जी दोस्तों, तुसी देख रहे हो मालवा नंबर वन चैनल। चैनल देख रहे सारे दर्शकों का निघा स्वागत है जी। खबर आ रही है जी श्री मुक्तसर साहब के नेड़ले पिंड ठंडे वाला तो, जिथे कि अज श्रोमणी अकाली दल और बसपा के उम्मीदवार सरदार कंवरजीत सिंह रोजी फरकंदी वालों पिंड ठंडे वाल विखे वक् वक् नुक्कड़ मीटिंगां कीतियां गईयां। पेश है साडे साधक तो पत्रकार गुरजंट सिंह भट्टी की एक खास रिपोर्ट। सब नूं मैं फतेह अर्ज करदा, वाहिगुरू जी का खालसा, श्री वाहिगुरू जी की फतेह। सब तो पहलों तो मैं सारी संगत का धन्यवाद करदा दिल दीआं गहराइआं तो, क्योंकि तुसीं हर इलैक्शन वेले हर वेले बड़ी तगड़े होके साडी मदद करदे। ते अज मैं आपदे नगर पिंड तरकंदी दे विच जिहड़ा आपां डोर टू डोर शुरू करना, मेरी इक्को बेनती सारिआं नूं ਵੀ ਘੰਟਾ ਲਾਉਣਾ ਡੇਢ ਘੰਟਾ ਲਾਉਣਾ, ਉਹ ਸਾਰੇ ਇਕੱਠੇ ਹੋ ਕੇ ਆਪਾਂ ਚੱਲ ਤੇ ਜੋਸ਼ ਦੇ ਨਾਲ ਆਪਾਂ ਨਾਰੇ ਲਾਉਂਦੇ ਹੋਏ ਚੱਲਣਾ। ਤੇ ਇੱਕ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਕਿਉਂਕਿ ਦੇਖੋ ਜੇ ਕਿਸੇ ਵੀ ਪਿੰਡ ਦਾ ਕੋਈ ਸੱਜਣ ਜਾਂ ਕੋਈ ਵੀ ਇਨਸਾਨ ਤਰੱਕੀ ਕਰਦਾ ਤੇ ਸਾਰਿਆਂ ਨੂੰ ਸਾਥ ਦੇ, ਠੀਕ ਆ। ਮੈਨੂੰ ਲੱਗਦਾ ਪਿੰਡ ਬਰਕੰਦੀ ਦੇ ਵਿੱਚ ਜੇ ਮੈਂ ਦੇਖਾਂ ਤਾਂ ਕਿਸੇ ਦਾ ਵੀ ਕੋਈ ਸਿਆਸੀ ਸਵਾਰਥ ਨਹੀਂ, ਸਿਰਫ ਸਿਆਸੀ ਸਵਾਰਥ ਦੇ ਵਿੱਚ ਰਹਿ ਕੇ ਨਿੱਜੀ ਮੁਖਾਲਫਤ ਕਰਨਾ ਉਹ ਕੋਈ ਆਪਾਂ ਨੂੰ ਚੰਗੀ ਚੀਜ਼ ਨਹੀਂ ਲੱਗਦਾ। ਉਹ ਜੇ ਆਪਣੇ ਪਿੰਡ ਦੇ ਕੋਈ ਸਿਆਸੀ ਲੀਡਰ ਆ ਜਾਂ ਕੋਈ ਅਫਸਰ ਸਾਹਿਬਾਨਾਂ ਨੇ ਜਨਮ ਲਿਆ ਤੇ ਪਿੰਡ ਦੇ ਹਰ ਇਨਸਾਨ ਨੇ ਕੋਸ਼ਿਸ਼ ਕੀਤੀ ਆ ਵੀ ਉਹਨਾਂ ਦੀ ਕਿਵੇਂ ਨਾ ਕਿਵੇਂ ਤਰੱਕੀ। 10 ਸਾਲ ਅਕਾਲੀ ਦਲ ਰਿਹਾ, ਹੁਣ 5 ਸਾਲ ਕਾਂਗਰਸ, ਲੋਕਾਂ ਨੂੰ ਕੰਪੈਰੀਜ਼ਨ ਦਾ ਪਤਾ ਲੱਗਿਆ ਕਿ ਲੋਕਾਂ ਦੇ ਬੇਸ ਤੇ ਫਰਕ ਕੀ ਹੋ ਗਿਆ। ਦੇਖੋ ਕੰਪੈਰੀਜ਼ਨ ਤਾਂ ਲੋਕਾਂ ਨੇ ਕਰ ਹੀ ਲਿਆ, ਬਾਕੀ ਕੰਪੈਰੀਜ਼ਨ ਦਾ ਜਿਹੜਾ ਲੋਕਾਂ ਦੇ ਮਨ ਚੋਂ ਬਾਲ ਉਹ ਸਾਹਮਣੇ ਆ ਹੀ ਜਾਣਾ, ਕਿਉਂਕਿ ਦੇਖੋ ਇਹਨਾਂ 5 ਸਾਲਾਂ ਦੇ ਵਿੱਚ ਇੰਨੀ ਕੁ ਮਾੜੀ ਹਾਲਤ ਗਰਾਊਂਡ ਚ ਕੀ ਹੈ, ਕਿਸੇ ਨੂੰ ਨੌਕਰੀ ਮਿਲੀ, ਕਿਸੇ ਨੂੰ ਵਜ਼ੀਫਿਆਂ ਦਾ ਸਕੈਂਡਲ ਜਿਹੜਾ ਸਾਹਮਣੇ ਆਇਆ ਗਰੀਬ ਪਰਿਵਾਰਾਂ ਨੂੰ, ਜਾਂ ਤੁਸੀਂ ਮੈਨੂੰ ਇੱਕ ਦੱਸੋ 3600 ਮੁਲਾਜ਼ਮ ਜਿਹੜਾ ਭਰਤੀ ਪੱਕਾ ਕਰਨਾ ਸੀ ਕੱਲ, ਉਹ ਸਿਰਫ ਤੇ ਸਿਰਫ ਇੱਕ ਕੰਧਾਂ ਤੇ ਪੋਸਟਰਾਂ ਤੇ ਆ, ਕੰਧਾਂ ਤੇ ਲਿਖਿਆ ਹੋਇਆ ਤੇ ਫਿਰ ਲਿਖਣ ਦੀ ਕੀ ਲੋੜ ਸੀ, ਕਿਉਂ ਝੂਠ ਬੋਲਿਆ, ਕਿਉਂ ਸੰਗਤ ਨੂੰ ਬੇਵਕੂਫ ਬਣਾਇਆ। ਮਤਲਬ ਕਿ ਜੇ 111 ਦਿਨਾਂ ਚ ਨਹੀਂ ਸੀ ਕਰ ਸਕਦੇ ਤੇ ਕੱਲ ਦੇ ਲਿਖ ਕੇ ਲਾ ਦਿੰਦੇ ਵੀ ਹਾਂ ਜੀ ਅਸੀਂ ਮਾਫੀ ਮੰਗਦੇ, ਸਾਨੂੰ ਵੋਟ ਪਾਓ, ਅਸੀਂ ਕੁਛ ਨੀ ਕਰ ਸਕਦੇ ਅਗਲੀ ਵਾਰੀ ਜੇ ਆਏ ਤਾਂ ਕਰਾਂ। ਅੱਛਾ, ਹੁਣ ਵੀ ਵਾਅਦੇ ਬਹੁਤ ਕਰ ਦਿੱਤੇ ਗਏ ਨੇ ਕਿ ਅਸੀਂ ਸਕੂਟੀ ਦੇਣੀ ਆ ਕੁੜੀਆਂ ਨੂੰ ਜਿਹੜੇ ਪਹਿਲਾਂ ਕਰਜ਼ੇ ਮਾਫ਼ ਨਹੀਂ ਹੋਏ ਜਾਂ ਪੈਨਸ਼ਨਾਂ ਜਾਂ ਹੋਰ, ਉਹ ਦੁਆਰਾ ਤੋਂ ਕਹਿੰਦੇ ਕਰਾਂਗੇ ਅਸੀਂ। ਯਾਰ ਦੇਖੋ ਆਣਾ ਜਿਹੜੇ ਪੰਜਾਬ ਦੇ ਲੋਕ ਆ, ਮਤਲਬ ਕਿ ਇੱਕ ਵਾਰੀ ਤਾਂ ਇਹਨਾਂ ਨੂੰ ਭੋਲੇ ਭਾਲਿਆਂ ਨੂੰ ਆਪਾਂ ਬੇਵਕੂਫ ਬਣਾ ਸਕਦੇ ਹਾਂ ਬਰਬਾਦੀ, ਕਿਉਂਕਿ ਉਦੋਂ ਸਾਰੀ ਆਹੀ ਕੈਬਨਿਟ ਆਹੀ ਮੁੱਖ ਮੰਤਰੀ ਸਾਹਿਬ ਕੈਪਟਨ ਸਾਹਿਬ ਦੇ ਨਾਲ ਸੀ ਜਦੋਂ ਝੂਠੀ ਉਹਨਾਂ ਨੇ ਗੁਪਤ ਤੇ, ਮਤਲਬ ਕਿ ਵਿਚਾਰੇ ਨੂੰ ਸਾਹ ਨਹੀਂ ਸੀ ਆ ਰਿਹਾ, ਬੱਸ ਨਹੀਂ ਚਲਾ ਕੇ ਦਿੱਤੇ। ਦੇਖੋ ਬਾਦਸ਼ਾਹ ਵਿੱਚ ਗੱਲ ਕਹਿੰਦੇ ਹੁੰਦੇ ਆ, ਕਹਿੰਦੇ ਹੁੰਦੇ ਵੀ ਕਾਕਾ ਵਾਅਦਾ ਉਹਨਾਂ ਕਰਿਓ ਵੀ ਜਿਹੜੇ ਲੋਕ ਤੁਹਾਨੂੰ ਰਸਤੇ 'ਚ ਰੋਕ ਕੇ ਆ ਨਾ ਪੁੱਛਣ ਦੇ ਆ ਕਿਉਂ ਕਿਹਾ ਸੀ ਤੇ ਕਿਉਂ ਨਹੀਂ ਕੀਤਾ। ਇਸ ਕਰਕੇ ਜੋ ਵਾਅਦੇ ਕੀਤੇ ਆ, ਨਾਲੇ ਜਿਹੜੇ ਦੇਖੋ ਸਾਡੇ ਜਿਹੜੀਆਂ ਅਸੀਂ ਮਤਲਬ ਕਿ ਲੋਕਾਂ ਨੂੰ ਕਿਹਾ ਉਹ ਬੜੇ ਜਾਇਜ਼ ਆ, ਨੀਲੇ ਕਾਰਡਾਂ ਤੇ 2000 ਰੁਪਈਆ, ਮਤਲਬ ਕਿ ਸੁਭਾਵਕ ਆ
ਨੀਲੇ ਕਾਰਡ ਦਿੰਦੇ ਨੇ ਕੇਜਰੀਵਾਲ ਸਾਹਿਬ ਵੀ ਕਹਿੰਦੇ ਕਹਿੰਦੇ ਹਜ਼ਾਰ ਹਜ਼ਾਰ ਰੁਪਇਆ ਅਸੀਂ ਹਰ ਔਰਤ ਨੂੰ ਦੇਵਾਂਗੇ ਪੰਜਾਬ ਦੀ ਉਹ ਤੇ ਇੰਨਾ ਪੈਸਾ ਕਿੱਥੋਂ ਲੈ ਕੇ ਆਉਂਗੇ ਕੇਜਰੀਵਾਲ ਸਾਹਿਬ ਹੁਣ ਵੇਖੋ ਮੈਂ MLA ਤਾਂ ਮੁਕਤਸਰ ਦਾ ਮੈਂ ਕਹਾਂ ਮੈਂ ਮੁਕਤਸਰ ਦੇਣਾ ਨਹੀਂ ਮੈਂ ਤਾਂ ਮਲੋਟ ਦਊਂਗਾ ਤੇ ਕੇਜਰੀਵਾਲ ਸਾਹਿਬ ਨੇ ਦਿੱਲੀ ਅੱਜ ਤੱਕ ਕੁਝ ਦਿੱਤਾ ਇੱਕ ਦੀਵਾਨੀ ਨਹੀਂ ਦਿੱਤੀ ਕਦੀ ਕਿਸੇ ਨੂੰ ਸ਼ਗਨ ਸਕੀਮ ਦਿੱਤੀ ਹੈ ਉਹ ਗਰੰਟੀਆਂ ਦੇ ਰਹੇ ਨੇ ਬਿਜਲੀ ਕਹਿੰਦੇ ਮੁਫ਼ਤ ਕਰ ਦੇਣੀ ਹੈ ਅਸੀਂ ਸਰਕਾਰੀ ਸਕੂਲ ਜਿਹੜੇ ਨੇ ਐਨ ਵਧੀਆ ਪ੍ਰਾਈਵੇਟ ਵਰਗੇ ਬਣਾ ਦੇਣੇ ਨੇ ਹਸਪਤਾਲ ਵਧੀਆ ਬਣਾ ਦੇਣੇ ਇੱਕ ਅਪੀਲ ਹੋਰ ਕੀਤੀ ਹੈ ਕਹਿੰਦੇ ਅਕਾਲੀ ਦਲ ਦੇ ਵਰਕਰਾਂ ਨੂੰ ਮੈਂ ਅਪੀਲ ਕਰਦਾ ਕਿ ਜੇ ਸਾਡੀ ਸਰਕਾਰ ਆਈ ਤਾਂ ਫਾਇਦਾ ਤਾਂ ਤੁਹਾਨੂੰ ਵੀ ਹੋਣਾ ਨਾ ਸਰਕਾਰੀ ਸਕੂਲਾਂ ਦਾ ਸਰਕਾਰੀ ਹਸਪਤਾਲਾਂ ਦਾ ਤੁਹਾਡੇ ਬੱਚੇ ਵੀ ਪੜ੍ਹਨਗੇ ਤੁਹਾਡੇ ਪਰਿਵਾਰਕ ਮੈਂਬਰ ਵੀ ਇਲਾਜ ਕਰਾਉਂਗੇ ਦੱਸੋ ਤੁਸੀਂ ਦਿੱਲੀ ਦੇ ਵਿੱਚ ਕਿਹੜੇ ਸਕੂਲ ਉਹਨੇ ਬਣਾ ਦਿੱਤੇ ਕੋਈ ਨਵੀਂ ਬਿਲਡਿੰਗ ਬਣੀ ਸਕੂਲਾਂ ਦੀ ਠੀਕ ਹੈ ਨਾ ਹੁਣ ਬਾਹਰ ਲਿਫਟੇ ਘੁਲਾ ਦੀ ਤੇ ਸਜਾ ਦੇ ਉਹ ਕਿ ਸਮਾਰਟ ਸਕੂਲ ਬਣ ਗਿਆ ਇਹਨੂੰ ਪੁੱਛਣ ਵਾਲਾ ਹੋਵੇ ਕਿ ਸਿਰਫ ਚਾਰ ਸਮਾਰਟ ਸਕੂਲ ਉੱਥੇ ਚਾਰ ਸਕੂਲ ਬਣੇ ਕੋਈ ਹਾਸਪਿਟਲ ਬਣਿਆ ਨਵਾਂ ਦਿੱਲੀ ਚ ਮਤਲਬ ਕਿ ਦਿੱਲੀ ਦੇਖੋ ਤੇ ਪੰਜਾਬ ਦੇ ਨਾਲ ਇਹਦਾ ਕਲੈਸ਼ ਵੇਖੋ ਕਿੱਡਾ ਵੱਡਾ ਦੇਖੋ ਦੋ ਇੰਨੇ PIL ਪਾਈਆਂ ਹੋਈਆਂ ਸੁਪਰੀਮ ਕੋਰਟ ਪਹਿਲੀ ਪਾਈ ਹੋਈ ਵੀ SYL ਦਾ ਪਾਣੀ